ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੀਪਕ ਰਾਗ ਨਹੀਂ ਹੈ ਤੇ ਮੇਗ ਰਾਗ ਵੀ ਨਹੀਂ ਹੈ ਨਹੀਂ ਹੈ ਦੀਪਕ ਰਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਹੀਂ ਹੈ ਕਿਉਂ ਕਿਉਂਕਿ ਪੜਕੀਲਾ ਰਾਗ ਹੈ ਭਾਈ ਸਾਹਿਬ ਰਾਗ ਦੇ ਮਾਇਰ ਬੈਠੇ ਨੇ ਮੈਂ ਤਾਂ ਜਾਣਦਾ ਨਹੀਂ ਦੀਪਕ ਰਾਘੁਰੂ ਗੁਰਗ੍ਰੰਥ ਸਾਹਿਬ ਜੀ ਨੇ ਮੇਗ ਵੀ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਥੋੜੀ ਜਿਹੀ ਖੁਸ਼ੀ ਮਿਲ ਗਈ ਤੇ ਆਪੇ ਤੋਂ ਬਾਹਰ ਨਾ ਹੋ ਜਾਈ ਤੇ ਥੋੜੀ ਜਿਹੀ ਉਹ ਪ੍ਰੀਤ ਵਸਤਾ ਆ ਜਾਏ ਤੇ ਅਵੇ ਸਿਰ ਧਾਕੇ ਨਾ ਬਹਿ ਜਾਈਂ ਮਾੜੀ ਜੀ ਕੁਝ ਮਿਲ ਜਾਏ ਤੇ ਕੱਪੜਿਆਂ ਤੋਂ ਬਾਹਰ ਨਾ ਹੋਵੀਂ ਮੈਂ ਵੇਖਦਾ ਜਿਨ੍ਹਾਂ ਨੂੰ ਨਵੀਂ-ਨਵੀਂ ਅਮੀਰੀ ਮਿਲਦੀ ਹੈ ਨਾ ਜਿਨ੍ਹਾਂ ਬੱਚਿਆਂ ਨੂੰ ਤੇ ਆਪਨੀ ਕਮਾਈ ਹੁੰਦੀ ਪਿਓ ਦੀ ਕਮਾਈ ਹੁੰਦੀ ਹੈ ਉਹ ਫਿਰ ਕਾਰਾਂ ਦੇ ਵਿੱਚ ਲਾ ਕੇ ਸਟੀਰੀਓ ਡੈਕ ਤੇ ਇੰਨੀ ਉੱਚੀ ਉੱਚੀ ਆਵਾਜ਼ਾਂ ਨਾਲ ਲੰਘਦੇ ਨੇ ਦੂਜਿਆਂ ਦਾ ਵੀ ਨਾਸ ਕਰਕੇ ਰੱਖ ਦਿੰਦੇ। ਆਪਣਾ ਤੇ ਹੁੰਦਾ ਰਹਿਣਾ ਹੀ ਕੁਝ ਨਹੀਂ। ਇਹ ਵੀ ਮਰਜ਼ ਕਰਦੇ ਆ। ਆਪਣਾ ਕੱਖ ਨਹੀਂ ਰਹਿਣਾ। ਕਿਉਂ? ਜਰਿਆ ਨਹੀਂ ਗਿਆ ਪੈਸਾ। ਹਜਮ ਕਰਨਾ ਬੜਾ ਔਖਾ ਤਨ ਕਮਾਣਾ ਸੌਖਾ ਹੈ ਹਜਮ ਕਰਨਾ ਬੜਾ ਔਖਾ ਹੈ। ਤਾਕਤ ਆਉਣੀ ਨਾਲੋਂ ਤਾਕਤ ਹਜਮ ਕਰਨੀ ਜ਼ਿਆਦਾ ਔਖੀ ਹੈ ਮੈਨੂੰ ਕਹਿਣ ਦੇਣਾ ਵਿਦਿਆ ਪੜਨ ਨਾਲੋਂ ਵਿਦਿਆ ਹਜਮ ਕਰਨੀ ਬਹੁਤ ਔਖੀ ਹੈ ਗਿਆਨ ਨਾਲੋਂ ਗਿਆਨ ਹਜਮ ਕਰਨਾ ਬਹੁਤ ਔਖਾ ਹੈ ਸਤਿਗੁਰੂ ਕਹਿ ਰਹੇ ਨੇ ਇਹ ਮੈਂ ਨਹੀਂ ਕਹਿ ਰਿਹਾ ਮੇਰੇ ਗੁਰਦੇਵ ਹੀ ਕਹਿ ਰਹੇ ਨੇ ਗੁਰਦੇਵ ਕਹਿੰਦੇ ਨੇ ਮੈਂ ਅਧਿਆਤਮ ਦਾ ਥਾਲ ਤੁਹਾਨੂੰ ਪਰੋਸ ਕੇ ਦੇ ਦਿੱਤਾ ਹੈ ਪਰ ਯਾਦ ਰੱਖਿਓ ਜੇ ਕੋ ਖਾਵੇ ਜੇ ਕੋ ਪੁੰਚਾ ਜਿਹੜਾ ਖਾ ਕੇ ਹਜਮ ਕਰੇਗਾ ਉਦਾਰੋ ਦਾ ਹੋਵੇਗਾ ਉਂਚਾ ਦਾ ਮਤਲਬ ਤਾਂ ਹਜਮ ਕਰਨਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਉਦਾਰ ਉਹਦਾ ਹੋਏਗਾ ਜਿਹੜਾ ਹਜਮ ਕਰੇਗਾ ਇਹਦੇ ਵਿੱਚੋਂ ਕਈ ਲੋਕ ਪਾਰਟੀ ਦੇ ਜਾਂਦੇ ਨੇ ਮੁਖ ਦੀ ਸ਼ਰਾਬ ਤੇ ਖਾਣਾ ਸਮਝ ਕੇ ਦਬ ਦਬ ਖਾਈਓ ਉਹਨਾਂ ਨੇ ਕਈ ਘਰਾਂ ਨੇ ਉਲਟੀਆਂ ਕਰ ਦੇ ਨੇ ਹਜਮ ਹੀ ਨਹੀਂ ਹੁੰਦਾ ਗਿਆਨ ਹਜਮ ਕਰਨਾ ਬਹੁਤ ਮੁਸ਼ਕਲ ਹੈ ਇਹ ਵੀ ਮੈਂ ਬੇਨਤੀ ਕਰਦਿਆਂ ਵਾਜੇ ਦੀਆਂ ਸੁਰਾਂ ਰਾਗ ਹਜਮ ਕਰਨਾ ਬਹੁਤ ਔਖਾ ਵਜਾਣਾ ਸੌਖਾ ਹੈ ਕਥਾ ਹਜਮ ਕਰਨੀ ਬਹੁਤ ਔਖੀ ਹੈ ਪਾਠ ਹਜਮ ਕਰਨਾ ਬਹੁਤ ਔਖਾ ਹੈ ਜਿੱਦਣ ਬੰਦਾ ਸਵੇਰੇ 2 ਵਜੇ ਉੱਠਦਾ ਤੇ ਰਵਜੋੜਦਾ ਉਦੋਂ ਤੇ ਦਸਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ 2 ਵਜੇ ਉੱਠਿਆ ਤੇ ਜਿੱਦਣ 9 ਵਜੇ ਜਾਗੋ ਨਹੀਂ ਕਿਸੇ ਨੇ ਦੱਸਦਾ ਹੈ ਉਦੋਂ ਧੋੜੇ ਦੱਸਦਾ ਕਿ ਸਾਨੂੰ ਅੱਜ ਮੈਂ 9 ਵਜੇ ਉੱਠਿਆ ਵਾਂ ਹਾਜਮ ਕਰਨਾ ਬਹੁਤ ਉਕ। ਇਹ ਵੀ ਸਤਿਗੁਰੂ ਤਰਸ ਕਰਨ। ਤਾਂ ਮੈਂ ਅਰਜ਼ ਕਰ ਰਿਹਾ ਸਾ ਆਪ ਜੀ ਨੂੰ। ਇਸੇ ਸ਼ਬਦ ਨਾਲ ਮਿਲਦਾ ਜੁਲਦਾ ਸਤਿਗੁਰੂ ਨੇ 157 ਪੇਜ ਤੇ ਵੀ ਸ਼ਬਦ ਲਿਖਿਆ ਔਰ ਇਥੇ ਥੋੜਾ ਜਿਹਾ ਫਰਕ ਹੈ। ਸ਼ਾਇਦ ਤੁਸੀਂ ਕਦੀ ਨੋਟ ਕੀਤਾ ਕਿ ਨਹੀਂ ਕੀਤਾ। ਲਗਾਣਾ ਭਾਈ ਸਾਹਿਬ ਜੀ ਜਰਾ। ਸ਼ੁਰੂ ਇਹ ਤੇ ਹੋਏਗਾ ਜੈ ਕਰ ਕੀਰਤਾ ਕੀ। ਆਪ ਜੀ ਚੰਗੀ ਤਰ੍ਹਾਂ ਪੜੀ ਜਾਣਾ ਇਸ ਨੂੰ ਫਿਰ ਮੈਂ ਸ਼ੁਰੂ ਕਰਨਾ ਇਸ ਨੂੰ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਯਾਦ ਰੱਖਣਾ ਇੱਥੇ ਰਾਰੇ ਨੂੰ ਵੀ ਸਿਹਾਰੀ ਹੈ ਜਿਹੜਾ ਤੁਹਾਡੇ ਹੱਥ ਵਿੱਚ ਸ਼ਬਦ ਦੇ ਇੱਥੇ ਰਾਰੇ ਨੂੰ ਸਿਹਾਰੀ ਨਹੀਂ ਆਇਆ ਪਰ ਤੁਸੀਂ ਕਦੀ ਨੋਟ ਨਹੀਂ ਕੀਤਾ ਹੋਣਾ ਮੈਨੂੰ ਪਤਾ ਹੈ ਜਿਹੜਾ ਤੁਹਾਡੇ ਹੱਥ ਵਿੱਚ ਹੈ ਉੱਥੇ ਰਾਰੇ ਨੂੰ ਸਿਹਾਰੀ ਹੈ ਜਿਹੜਾ ਇੱਥੇ ਇਹਨੂੰ ਕੋਈ ਨਹੀਂ ਦੇਖ ਰਹੇ ਹੋ ਹੈ ਕਿ ਨਹੀਂ ਇਸ ਤਰ੍ਹਾਂ ਹਾਂਜੀ ਗੁਰੂ ਕਿਰਪਾ ਕਰੇ ਅੱਗੇ ਚੱਲੋ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਅੱਗੇ ਜੀ ਹੋਂ ਵਾਰੀ ਜਾਉ ਜਿਤ ਸੋਹਿਲਾ ਉੱਥੇ ਜਾਉ ਨਹੀਂ ਹੈ ਜਿਹੜਾ ਤੁਹਾਡੇ ਹੱਥ ਵਿੱਚ ਹੈ ਨਹੀਂ ਆਇਆ ਨਹੀਂ ਆਇਆ ਨਾ ਉਹ ਬੋਲ ਤਾਂ ਛਡੋ ਪਾਤਸ਼ਾਹ ਕਹ ਰਹੇ ਨੇ ਹੈ ਵੀ ਸਤਿਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਯਾਦ ਰੱਖਣਾ ਇਹ ਗੌੜੀ ਦੀਪ ਕੀ ਹੈ ਉਹ ਪੂਰਬੀ ਗੌੜੀ ਹੈ ਪੁਰਬੀ ਗਉੜੀ ਹੈ ਹਾਂਜੀ ਹਾਂ ਹਰ ਵਾਰੀ ਜਾਉ ਜਿਤ ਸੋਇਲਾ ਸਦਾ ਸੁਖ ਹੋਏ ਅੱਗੇ ਚੱਲੋ ਭਾਈ ਸਾਹਿਬ ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਵਨ شمار ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਖੋ ਸੱਜਣ ਇੱਥੇ ਆਸੀਸੜੀਆਂ ਹੈ ਐੜੇ ਨੂੰ ਕੰਨ ਜਿਹੜਾ ਤੁਹਾਡੇ ਕੋਲ ਉਹ ਜਿਹੜੇ ਨੂੰ ਕੰਨ ਨਹੀਂ ਹੈ ਠੀਕ ਹੈ ਜੋ ਹੋਵੇ ਸਾਹਿਬ ਸਿਉ ਮੇ ਬਸ ਆਓ ਗੁਰੂ ਕਿਰਪਾ ਕਰੇ ਮੈਂ ਤੁਹਾਡੇ ਗਿਆਤ ਵਾਸਤੇ ਬੇਨਤੀ ਕੀਤੀ ਸੀ ਵੀ ਧਿਆਨ ਰੱਖ ਲਿਆ ਕਰੋ ਸਤਿਗੁਰ ਜੀ ਤਰਸ ਕਰਨ ਸੋਹਲਾ ਰਾਗ ਗਉੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਜੀ ਨੇ ਮੰਗਲ ਕੀਤਾ ਹੈ ਕਿ ਦੁਨੀਆ ਦੇ ਲੋਕੋ ਪਰਮੇਸ਼ਰ ਇੱਕ ਹੈ ਓੰਕਾਰ ਦੀ ਬਨਾਵਟ ਇਸ ਤਰ੍ਹਾਂ ਉਹ ਸਰਬਵਿਆਪਕ ਹੈ ਫਿਰ ਮਹਾਰਾਜ ਨੇ ਉੱਪਰ ਚੁੱਕਿਆ ਉਹ ਸਭ ਨੂੰ ਪੈਦਾ ਕਰਨ ਵਾਲਾ ਹੈ ਫਿਰ ਇਸ ਤਰ੍ਹਾਂ ਕੀਤਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਫਿਰ ਅਖੀਰ ਤੇ ਥੱਲੇ ਝੁਕਾ ਦਿੱਤਾ ਆਖਿਆ ਸਾਰਿਆਂ ਨੂੰ ਲੈ ਕਰਨ ਵਾਲਾ ਵੀ ਹੋਈ ਹੈ ਉਹ ਸਰਬ ਵਿਆਪਕ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਸਭ ਦੀ ਪਾਲਣਾ ਕਰਨ ਵਾਲਾ ਹੈ ਤੇ ਸਭ ਦਾ ਸੰਘਾਰ ਕਰਨ ਵਾਲਾ ਵੀ ਹੈ ਕਿਉਂ ਕਿ ਗੁਰਦੇਵ ਤੋਂ ਪਹਿਲਾਂ ਦੇਵੀ ਦੇਵਤੇ ਮੰਨੇ ਜਾਂਦੇ ਸਨ ਕੋਈ ਪੈਦਾ ਕਰਨ ਵਾਲੇ ਬ੍ਰਹਮਾ ਜੀ ਨੇ ਪਾਲਣਾ ਕਰਨ ਵਾਲੇ ਵਿਸ਼ਨੂੰ ਜੀ ਨੇ ਸ਼ਿਵ ਜੀ ਜੀ ਲੈ ਕਰਨ ਵਾਲੇ ਨੇ ਪਾਤਸ਼ਾਹ ਕਹਿੰਦੇ ਨਹੀਂ ਇਹ ਆਪ ਜੀ ਜਪ ਬਾਣੀ ਵਿੱਚ ਚੰਗੀ ਤਰ੍ਹਾਂ ਪੜ ਆਏ ਹੋ ਜਪਜੀ ਸਾਹਿਬ ਜੀ ਮਹਾਰਾਜ ਕਹਿੰਦੇ ਨਹੀਂ ਕੇਵਲ ਪਰਮੇਸ਼ਰ ਇੱਕ ਜਿਹੜਾ ਹੈ ਉਹ ਸਭ ਨੂੰ ਪੈਦਾ ਕਰਨ ਵਾਲਾ ਹੈ ਸਭ ਨੂੰ ਰੋਜ਼ੀ ਦੇਣ ਵਾਲਾ ਤੇ ਸਭ ਨੂੰ ਲਿਆ ਕਰਨ ਵਾਲਾ ਤੇ ਉਹ ਸਰਬਵਿਆਪਕ ਹੈ ਇਸ ਤਰ੍ਹਾਂ ਊੜੇ ਦੀ ਬੰਤਰ ਬਣਾਈ ਬਾਦਸ਼ਾਹ ਨੇ ਸਭ ਜਗ੍ਹਾ ਸਭ ਜਗ੍ਹਾ ਸਰਬਵਿਆਪਕ ਹੈ ਉਸਦੀ ਲਖਤਾ ਕਿਸ ਤਰ੍ਹਾਂ ਹੁੰਦੀ ਏ ਸਤ ਗੁਰ ਪ੍ਰਸਾਦ ਪੂਰਨ ਗੁਰੂ ਦੀ ਕਿਰਪਾ ਦੁਆਰਾ ਕਿਉਂਕਿ ਦੱਦੇ ਨੂੰ ਸਿਆਰੀ ਹੈ ਪ੍ਰਸਾਦ ਕਿਰਪਾ ਦੁਆਰਾ ਮੈਂ ਅਕਸਰ ਕਹਿੰਨਾ ਹੁੰਨਾ ਤੇ ਤੁਹਾਡੇ ਸਾਹਮਣੇ ਕਰਦੇ ਹਾਂ ਗੱਲ ਆਪ ਜੀ ਪੜ੍ਹਦੇ ਹੋ ਨਾ ਸੁਖਮਣੀ ਸਾਹਿਬ ਤੇ 6ਵੀਂ ਅਸ਼ਟਪਦੀ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਅਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਉਦੋਂ ਪ੍ਰਸਾਦ ਦੇ ਦੱਦੇ ਥੱਲੇ ਓਂਕੜ ਹੈ ਜਦੋਂ ਮਹਾਰਾਜ ਨੇ ਅਸ਼ਟਪਦੀ ਉਚਾਰੀ ਹੈ 37 ਵਾਰ 37 ਟਾਈਮਸ ਦਦੇ ਨੂੰ ਸਿਹਾਰੀ ਹੈ ਜੇ ਪ੍ਰਸਾਦ ਜੇ ਪ੍ਰਸਾਦ ਜੇ ਪ੍ਰਸਾਦ ਜੇ ਪ੍ਰਸਾਦ ਉਚਾਰਨ ਪ੍ਰਸਾਦੀ ਹੈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਹੈ ਇਸ ठाकुर ਕੋ ਰਖ ਮਨ ਮਾਹੇ 37 ਵਾਰ ਦਦੇ ਨੂੰ ਸਿਹਾਰੀ ਹੈ ਆਓ ਗੁਰੂ ਕਿਰਪਾ ਕਰੇ ਮਹਾਰਾਜ ਜੀ ਨੇ ਪੂਰਨ ਗੁਰੂ ਦੀ ਕਿਰਪਾ ਦੁਆਰਾ ਐਸੇ ਪਰਿਪੂਰਨ ਪਰਮਾਤਮਾ ਦੀ ਜਿਹੜਾ ਅਸੰਗ ਹੈ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ਸਰਬਵਿਆਪਕ ਹੈ ਅਦੁੱਤੀ ਹੈ ਉਸ ਦੀ ਲਖਤਾ ਹੁੰਦੀ ਆਓ ਸਤਿਗੁਰੂ ਕਹਿੰਦੇ ਨੇ ਜੈ ਘਰ ਕੀਰਤ ਆਖਿਐ ਤੇ ਉਚਾਰਨ ਜੈ ਹੈ ਜੇ ਨਹੀਂ ਤੇ ਕਰਦੇ ਰਾਰੇ ਨੂੰ ਸਿਆਰੀ ਹੈ ਜੱਜੇ ਉੱਤੇ ਦੋ ਲਾਵਾਂਗੇ ਜੇ ਤੁਸੀਂ ਜੇ ਘਰ ਪੜੋਗੇ ਸਭ ਕੁਝ ਹੀ ਗਲਤ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਜਿਸ ਸਤ ਸੰਗਤ ਰੂਪੀ ਘਰ ਵਿੱਚ ਕਰਦੇ ਰਾਰੇ ਨੂੰ ਸਿਆਰੀ ਪਰਮਾਤਮਾ ਦੀ ਕੀਰਤੀ ਆਖੀ ਜਾਂਦੀ ਏ ਕੀਰਤ ਦੇ ਤੱਤੇ ਨੂੰ ਸਿਆਰੀ ਕੀਰਤੀ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਸਤਿਗੁਰ ਕਹਿੰਦੇ ਨੇ ਜਿੱਥੇ ਕਰਤੇ ਦੀ ਵਿਚਾਰ ਹੁੰਦੀ ਏ ਕਰਿਤ ਦੀ ਵਿਚਾਰ ਨਹੀਂ ਹੁੰਦੀ ਸਾਰਾ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਤੇ ਦੀ ਵਿਚਾਰ ਤੇ ਖੜਾ ਹੈ ਕਰਿਤ ਦੀ ਵਿਚਾਰ ਤੇ ਨਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਕਿਸੇ ਦੇ ਮਜਬ ਨਾਲ ਕੋਈ ਜੀ ਗੱਲ ਮੇਰੀ ਆਦਤ ਵੀ ਨਹੀਂ ਤੇ ਨਾ ਮੈਂ ਕਰਨੀ। ਪਰ ਤਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ਕ ਕੇਵਲ ਕਰਤੇ ਦੀ ਵਿਚਾਰ ਤੇ ਖੜਾ ਹੈ, ਕਰਤਿ ਦੀ ਵਿਚਾਰ ਤੇ ਨਹੀਂ ਖੜਾ। ਬਸ ਇਹੀ ਗਹਿਰਾਈ ਹੈ ਇਸ ਸਤਿਗੁਰੂ ਦੀ। ਇਹ ਕਰਤਿ ਦੀ ਵਡਿਆਈ ਨਹੀਂ ਕਰਦਾ। ਕਰਤ ਨੂੰ ਸਾਹਮਣੇ ਕੇਵਲ ਰੱਖਦਾ ਹੈ ਇਸ ਕਰਕੇ ਵੀ ਉਹਦੇ ਤੋਂ ਕਰਤੇ ਦੀ ਮਹਾਨਤਾ ਨਜ਼ਰ ਆਵੇ। ਉਹਨੂੰ ਬਾਬਾ ਕਬੀਰ ਚੰਗੀ ਤਰ੍ਹਾਂ ਕਹਿੰਦੇ ਨੇ ਤੇ ਮੈਨੂੰ ਤੁਹਾਨੂੰ ਦ੍ਰਿੜ ਕਰਾ ਰਹੇ ਨੇ ਕਿ ਦੁਨੀਆਂ ਦੇ ਕਿਸੇ ਚਿੱਤਰ ਤੇ ਨਾ ਖੜਾ ਹੋਈਂ ਚਿੱਤਰਕਾਰ ਬਲਟੁਰੀ ਚੱਚਾ ਰਚਿਤ ਚਿੱਤਰ ਹੈ ਭਾਰੀ ਤਜ ਚਿੱਤਰੈ ਚਿਤੋ ਚਿਤਕਾਰੀ ਆਖਿਆ ਤਿ ਚਿੱਤਰ ਨੂੰ ਛੱਡ ਦੇ ਚਿੱਤਰ ਨੂੰ ਪਕੜੀ ਨਾ ਕਿਸੇ ਆਕਾਰ ਨੂੰ ਪਕੜੀ ਨਾ ਕਿਸੇ ਰੂਪ ਨੂੰ ਕਿਸੇ ਰੰਗ ਨੂੰ ਪਕੜੀ ਨਾ ਤੂੰ ਤੂੰ ਨਿਰੰਕਾਰ ਨੂੰ ਪਕੜਨਾ ਤਜ ਚਿੱਤਰ ਹੈ ਚੇਤੋ ਚਿਤਕਾਰੀ ਪਰ ਬਾਬਾ ਕਬੀਰ ਕਹਿੰਦੇ ਨੇ ਪ੍ਰਮਾਤਮਾ ਕਰੀਏ ਕੀ ਤੂੰ ਆ ਚਿੱਤਰ ਏਡਾ ਬਣਾਇਆ ਇਹਦੇ ਵਿੱਚ ਇੰਨੀ ਅਟਰੈਕਸ਼ਨ ਹੈ ਅਸੀਂ ਉਲਝ ਜਾਨੇ ਇੱਥੇ ਖਲੋ ਜਾਨੇ ਆ ਬਾਬਾ ਕਬੀਰ ਕਹਿੰਦੇ ਚਿੱਤਰ ਬਚਿੱਤਰ ਇਹ ਅਬਜ਼ੇਰਾ ਤਜ ਚਿੱਤਰ ਹੈ ਚਿਤਰਾਖ ਚ ਤੇਰਾ ਆੱਖਿਆ ਕਿਸੇ ਤਸਵੀਰ ਤੇ ਨਾ ਖਲੋਵੀਂ ਪੇਂਟਰ ਨੂੰ ਯਾਦ ਕਰ ਜੀ ਦੀ ਕਲਾ ਹੈ ਉਦੇ ਨਾਲ ਜੁੜ। ਕਰਤ ਤੇ ਖਲੋ ਨਾ ਜਾਈਂ। ਕਰਤ ਦੀ ਇਸ ਵਾਸਤੇ ਸਾਹਮਣੇ ਰੱਖੀ ਵੀ ਤੂੰ ਕਰਤਾ ਕਿੱਡਾ ਮਹਾਨ ਹੈ ਜੀ ਦੀ ਕਰਤ ਇਸ ਤਰ੍ਹਾਂ ਦੀ ਮਹਾਨ ਹੈ। ਕਿਸੇ ਕਰਤ ਤੇ ਖਲੋਈ ਨਾ। ਸਤਿਗੁਰੂ ਨੇ ਮੈਨੂੰ ਤੁਹਾਨੂੰ ਕਿਸੇ ਕਰਤ ਦਾ ਉਪਾਸ਼ਕ ਨਹੀਂ ਬਣਾਇਆ। ਉਹੀ ਬਚਨ ਪਾਤਸ਼ਾਹ ਕਹਿ ਰਹੇ ਨੇ ਤੇਰੀ ਜ਼ਿੰਦਗੀ ਦੀ ਰਾਤ ਪਈ ਏ ਇਸ ਰਾਤ ਵਿੱਚ ਸੌਣ ਤੋਂ ਪਹਿਲਾਂ ਸੋਚ ਲਈ ਮੈਂ ਕਰਤੇ ਨਾਲ ਜੁੜਨਾ ਹੈ। ਮੈ ਕ੍ਰਿਤ ਨਾਲ ਨਹੀਂ ਜੁੜਨਾ ਮੈ ਕ੍ਰਿਤ ਨੂੰ ਕਰਾਸ ਕਰਨਾ ਹੈ ਕ੍ਰਿਤ ਸਫਰ ਹੈ ਕਰਤਾ ਡੈਸਟੀਨੇਸ਼ਨ ਹੈ ਲੰਘਣਾ ਤੇ ਸਫਰ ਵਿੱਚੋਂ ਹੀ ਪਾਏਗਾ ਸਫਰ ਵਿੱਚੋਂ ਹੀ ਲੰਘਣਾ ਪਾਏਗਾ ਪਰ ਤੂੰ ਸਫਰ ਵਿੱਚ ਖਲੋ ਨਾ ਜਾਈਂ ਇਹ ਪਰਿਵਾਰ ਵੀ ਸਫਰ ਹੈ ਇਹ ਸੰਸਾਰ ਵੀ ਸਫਰ ਹੈ ਇਹ ਕਾਰੋਬਾਰ ਵੀ ਸਫਰ ਹੈ ਯਾਦ ਰੱਖੀ ਨਰੰਕਾਰ ਮੰਜ਼ਲ ਹੈ ਇਹਨਾਂ ਵਿੱਚ ਖਲੋਵੀਂ ਨਾ ਮੈਂ ਅਕਸਰ ਇਹ ਗੱਲ ਕਹਾਂ ਕਰਦਾ ਜਦੋਂ ਬੰਦਾ ਹਵਾਈ ਜਹਾਜ਼ ਤੋਂ ਉਧਰ ਕੇ ਬੈਗੇਜ ਕਲੇਮ ਬੈਲਟ ਤੇ ਜਾਂਦਾ ਹੈ ਉੱਥੇ ਬੈਗ ਚੱਲ ਰਹੇ ਹੁੰਦੇ ਨੇ ਤੇ ਕੇਵਲ ਤੇ ਕੇਵਲ ਅੱਖਾਂ ਖੋਲ ਕੇ ਇਸ ਵਾਸਤੇ ਵੇਂਦਾ ਵੀ ਮੇਰਾ ਬੈਗ ਨਾ ਲੰਘ ਜਾਏ ਜੇ ਕਿਸੇ ਇੱਕੋ ਜਿਹੇ ਬੈਗ ਨੂੰ ਹੱਥ ਵੀ ਪੈ ਜਾਏ ਪਛਾਣ ਕੇ ਫਿਰ ਧਰ ਦਿੰਦਾ ਮੇਰਾ ਨਹੀਂ ਇਹ ਐ ਐਸਾ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਕਈ ਵਾਰੀ ਸਫ਼ਰ ਕਰਨ ਵਾਲਿਆਂ ਵੱਲ ਮੇਰੇ ਨਾਲ ਵੀ ਹੋਇਆ ਹੈ ਅੱਖਾਂ ਇਸ ਵਾਸਤੇ ਖੋਲਣੀਆਂ ਨੇ ਬੈਗੇਜ ਵੈਲਟ ਤੇ ਮੇਰਾ ਬੈਗ ਨਾ ਮਿਸ ਹੋ ਜਾਏ ਉਹ ਗੁਰਸਿੱਖਾ ਗੁਰੂ ਦੀ ਸੰਗਤ ਵਿੱਚ ਆਣ ਕੇ ਗੁਰੂ ਕੋਲੋਂ ਲੈ ਕੇ ਅਸੀਸ ਸੰਸਾਰ ਵਿੱਚ ਅੱਖਾਂ ਖੋਲ੍ਹ ਕੇ ਟੁਰੀ ਕਰਤਾ ਮਿਸ ਨਾ ਹੋ ਜਾਏ ਕ੍ਰਿਤ ਇਸ ਵਾਸਤੇ ਵੇਖਣੀ ਸੀ ਲੰਘ ਰਹੀ ਏ ਟੁਰ ਰਹੀ ਏ ਬੈਗੇਜ ਬੈਲਟ ਚੱਲ ਰਹੀ ਏ ਤੇਰਾ ਸਮਾਨ ਨਾ ਮਿਸ ਹੋ ਜਾਏ ਤੇਰਾ ਬੈਗ ਨਾ ਮਿਸ ਹੋ ਜਾਏ ਕਰਤਾ ਤੇਰਾ ਏ RAM ਤੇਰਾ ਏ ਅੱਲਾ ਤੇਰਾ ਏ ਵਾਹਿਗੁਰੂ ਤੇਰਾ ਏ ਉਹ ਨਾ ਮਿਸ ਹੋ ਜਾਏ ਹੋਰ ਕੁਛ ਵੀ ਤੇਰਾ ਨਹੀਂ ਪਰ ਸਾਡੀ ਤੇ ਸੋਚ ਇੱਥੇ ਚਲੀ ਗਈ ਏ ਸਭ ਕਿਛ ਆਪਣਾ ਇਕ RAM ਪਰਾਇਆ ਅਸੀਂ ਤੇ ਇੱਥੇ ਖਲੋ ਗਏ ਆ ਬਾਕੀ ਤੇ ਸਭ ਕੁਝ ਆਪਣਾ ਹੈ ਬਸ ਆਰਾਮ ਬਗਾਨਾ ਹੈ RAM ਨਹੀਂ ਆਪਣਾ ਤਾਂ ਸਤਿਗੁਰੂ ਦਇਆ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਜੈ ਕਰ ਕੀਰਤ ਆਖਿਆ ਆਖਿਆ ਜਿਸ ਸਤਸੰਗਤ ਰੂਪੀ ਘਰ ਵਿੱਚ ਕਰਤੇ ਦੀ ਵਡਿਆਈ ਆਖੀ ਜਾਂਦੀ ਏ ਤੇ ਕਰਤੇ ਦੀ ਵਿਚਾਰ ਹੁੰਦੀ ਹੈ ਜਿਹੜੇ ਕਰਤੇ ਦੀ ਵਿਚਾਰ ਕਰਦੇ ਨੇ ਉਹਨਾਂ ਨਾਲ ਨੇੜਤਾ ਬਣਾਇ ਜਿਹੜੇ ਕਰਿਤ ਦੀ ਵਿਚਾਰ ਕਰਦੇ ਨੇ ਉਹਨਾਂ ਨੂੰ ਨਮਸਕਾਰ ਦੂਰ ਹੀ ਕਰਦੀ ਪਾਤਸ਼ਾਹ ਦੇ ਬਚਨ ਦੁਨੀਆਂ ਨਾਲ ਸਲਾਹ ਜੋ ਮਰਵੰਝ ਸੀ ਲੋਕਾਂ ਨਾਲ ਸਲਾਹ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਹੈ ਕਿਸੇ ਦੀ ਅਮੀਰੀ ਨੂੰ ਵੇਖ ਕੇ ਉਹਦੀ ਅਮੀਰੀ ਨੂੰ ਨਾ ਸਲਾਈਂ ਜਿਦੇ ਕੋਲ ਉਹ ਅਮੀਰ ਬਣਿਆ ਉਹਨੂੰ ਸਲਾਈ ਵੀ ਤੂੰ ਕਿੱਡਾ ਅਮੀਰ ਹੋਏਗਾ ਜਿਹਨੇ ਕੋਲ ਇਹ ਪੈਸੇ ਲੈ ਕੇ ਅਮੀਰ ਬਣ ਗਿਆ ਕਿਸੇ ਦੀ ਵਿਦਵਤਾ ਨੂੰ ਵੇਖ ਕੇ ਉਹਦੀ ਵਿਦਵਤਾ ਨੂੰ ਨਫ਼ਰਤ ਨਾ ਕਰੀ ਆਖੀ ਪਾਤਸ਼ਾਹ ਤੂੰ ਕਿੱਡਾ ਗੁਣਵਾਨ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁੰਦੇ ਇਸ ਵਾਸਤੇ কৃত ਨੂੰ ਸਲਾਈ ਨਾ ਕਰਤੇ ਨੂੰ ਸਲਾਈ ਮੇਰੇ ਪਾਤਸ਼ਾਹ ਮੈਨੂੰ ਤੁਹਾਨੂੰ ਉਦਾਹਰਨ ਰਾਤ ਨੂੰ ਸੌਣ ਲੱਗਿਆਂ ਇਸ ਤਰ੍ਹਾਂ ਦੇ ਸੰਸਕਾਰ ਆਪਣੇ ਹਿਰਦੇ ਵਿੱਚ ਲੈ ਕੇ ਸਵੀ। ਬਾਤ ਦੀ ਆਖਰ ਦੀ ਬਾਣੀ ਹੈ। ਜੈ ਘਰ ਕੀਰਤ ਆਖਿਆ ਜਿਤ ਸਤਸੰਗਤ ਰੂਪੀ ਘਰ ਵਿੱਚ ਪਰਮੇਸ਼ਰ ਦੀ ਕੀਰਤੀ ਦੀ ਗੱਲ ਹੁੰਦੀ ਏ ਤੇ ਕਰਤੇ ਦੀ ਵਡਿਆਈ ਹੁੰਦੀ ਏ ਤੂੰ ਕੇਵਲ ਤੇ ਕੇਵਲ ਉੱਥੇ ਹਾਜ਼ਰੀ ਭਰੀ ਜਿੱਥੇ ਕੇਵਲ ਕਿਸੇ ਰੂਪ ਦੀ ਉਪਮਾ ਹੁੰਦੀ ਏ ਉੱਥੇ ਨਾ ਜਾਇ। ਕਿਸੇ ਆਕਾਰ ਦੀ ਉਪਮਾ ਹੁੰਦੀ ਹੈ ਉਹਨੂੰ ਰਹਿਣ ਦੇ ਤੂੰ ਨਰੰਕਾਰ ਦੀ ਉਪਮਾ ਨਾਲ ਜੁੜਨਾ ਹੈ ਤੂੰ ਸਰੂਪ ਦੀ ਉਪਮਾ ਨਾਲ ਜੁੜਨਾ ਹੈ ਤੂੰ ਤਤ ਦੀ ਉਪਮਾ ਨਾਲ ਜੁੜਨਾ ਹੈ ਨਿਮਿਤ ਦੀ ਉਪਮਾ ਨਾਲ ਨਹੀਂ ਨਿਮਿਤ ਨੂੰ ਤੇ ਸਾਹਮਣੇ ਰੱਖਣਾ ਹੈ ਸਤਿਗੁਰੂ ਨੇ ਨਿਮਿਤ ਰੱਖਿਆ ਪੋਦੇ ਮਹੀਨੇ ਦੀ ਠੰਡ ਨੂੰ ਪੋਕ ਤੁਖਾਰਨਾ ਵਿਆਪਕ ਕੰਠ ਮਿਲਿਆ ਹਰ ਨਾਹਾ ਤੇ ਹਾਰਡ ਦੀ ਗਰਮੀ ਨੂੰ ਵੀ ਸਾਹਮਣੇ ਰੱਖ ਲਿਆ ਅਸਾੜ ਤਪੰਦਾ ਤਿਸ ਲੱਗੇ ਹਰ ਨਹਾ ਨਾ ਜਿੰਨਾ ਪਾਸ ਨਾ ਮੈਨੇ ਪਤੀ ਸੰਦੀਪਾ ਸ਼ਾਇ ਮਹਾਰਾਜ ਨੇ ਉਧਰੋਂ ਕੜਕ ਦੀ ਸਰਦੀ ਉਧਰੋਂ ਕੜਕ ਦੀ ਗਰਮੀ ਦੋਨਾਂ ਨੂੰ ਨਿਮਿਤ ਰੱਖਿਆ ਪਰ ਗੱਲ ਕੀਤੀ ਏ ਨਿਤ ਦੀ ਕਦੀ ਆਪ ਜੀ ਵਿਚਾਰ ਕੇ ਵੇਖੋ ਬੋਧੇ ਮਹੀਨੇ ਵਿੱਚ ਕੱਕਰ ਪੈ ਰਿਹਾ ਹੈ ਤਾਮੀ ਆਖਿਆ ਪਤੀ ਨਾਲ ਜੁੜੀ ਪਰਮਾਤਮਾ ਨਾਲ ਜੁੜੀ ਹਾੜ ਦੇ ਮਹੀਨੇ ਵਿੱਚ ਤਪਸ਼ ਪੈ ਰਹੀਏ ਤਾਮੀ ਆਖਿਆ ਪਰਮਾਤਮਾ ਨਾਲ ਜੁੜੀ ਕਿੱਥੇ ਨਿਮਿਤ ਵਿੱਚ ਖਲੋਤੇ ਨੇ ਸਤਿਗੁਰੂ ਪੋਖ ਤੁਖਾਰਨਾ ਵਿਆਪੇ ਕੰਠ ਮਿਲਿਆ ਹਰ ਨਾ ਨਹਾ ਮੈਨੇ ਪਤੀ ਸਿੰਧੀ ਪਾਸ਼ਾਏ ਪਰਮਾਤਮਾ ਆਸਾੜ ਤਪੰਦਾ ਤਿਸ ਲੱਗਾ ਹਰ ਨਾ ਨ ਜਿੰਨਾ ਪਾਸ ਦੱਸੋ ਆਪ ਜੀ ਦੇ ਸਾਹਮਣੇ ਆ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੋਲ ਇਹ ਮੇਰੇ ਨਹੀਂ ਨਾ ਪਾਤਸ਼ਾ ਪੋ ਦੇ ਸਰਦੀ ਦੀ ਬਰਫ਼ ਦੇ ਕੱਕਰ ਦੇ ਨਿਮਤ ਵਿੱਚ ਖਲੋਤੇ ਨੇ ਤੇ ਨਾ ਹਾਰਡ ਦੀ ਗਰਮੀ ਦੇ ਨਿਮਤ ਵਿੱਚ ਖਲੋਤੇ ਨੇ ਦੋਹਾਂ ਨੂੰ ਕ੍ਰਾਸ ਕਰ ਗਏ ਨੇ ਸਤਿਗੁਰ ਕਹਿੰਦੇ ਦੁਨੀਆ ਦੇ ਕਿਸੇ ਦੁੱਖ ਕਿਸੇ ਸੁੱਖ ਕਿਸੇ ਵਹਿਬਵ ਕਿਸੇ ਉਤਾਰ ਚੜਾਵ ਤੇ ਤੂੰ ਲੰਘਣਾ ਏ ਉਹਦੇ ਕੋਲ ਜਿਹੜਾ ਸਾਰਿਆਂ ਨੂੰ ਬਖਸ਼ਿਸ਼ਾ ਕਰ ਰਿਹਾ ਜੈ ਘਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਆਖਿਆ ਜਿੱਥੇ ਕਰਤੇ ਦੀ ਵਿਚਾਰ ਹੁੰਦੀ ਏ ਤੇ ਕੀਰਤੀ ਗਈ ਜਾਂਦੀ ਏ ਤੂੰ ਆਪਣੇ ਆਪ ਨੂੰ ਉੱਥੇ ਲੈ ਕੇ ਜਾਣਾ ਤਿਤ ਕਰ ਗਾਵੋ ਸੋਹਿਲਾ ਕਰਦੇ ਰਾਰੇ ਨੂੰ ਫਿਰ ਸਿਆਰੀ ਏ ਉਸ ਘਰ ਵਿੱਚ ਜਾ ਕੇ ਪਾਪ ਸਤਸੰਗਤ ਵਿੱਚ ਜੁੜ ਕੇ ਗਾਵੋ ਸੋਇਲਾ ਸਿਰਰਹ ਸਿਰਜਨਹਾਰ ਸਿਰਜਨਹਾਰ ਨੂੰ ਸਿਮਰਿਂ ਕੇਵਲ ਤੇ ਕੇਵਲ ਸਿਰਜਨਾ ਨੂੰ ਨਾ ਸਿਮਰਿ ਸਿਰਜਨਹਾਰ ਨੂੰ ਸਿਮਰਿਂ ਕਿੰਨੀ ਪਾਤਸ਼ਾਹ ਦੀ ਡੂੰਗੀ ਬਚਨ ਨੇ ਇੱਕ ਆਖਿਆ ਸਿਰਜਨਹਾਰ ਨੂੰ ਸਿਮਰਿਂ ਕਿਸੇ ਸਿਰਜਣਾ ਨੂੰ ਨਾ ਸਿਮਰੇ ਕਰਤੈ ਨੂੰ ਨਾ ਸਿਮਰੇ ਕਰਤੇ ਨੂੰ ਸਿਮਰੇ ਆਕਾਰ ਨੂੰ ਨਾ ਸਿਮਰੀ ਨਿਰੰਕਾਰ ਨੂੰ ਸਿਮਰੇ ਰੋਜ਼ ਕਰਦੇ ਆਂ ਅਸੀਂ ਰੱਬ ਦੇ ਪਿਆਰੇ ਜਿਹੜੇ ਨੇ ਸੋਇਲਾ ਪਰ ਕਦੀ ਸੋਚਿਆ ਤੇ ਨਹੀਂ ਕਿਉਂ ਮਿੰਟ ਦੋ ਲਾਣੇ ਨੇ ਤੇ ਧਿਆਨ ਪਤਾ ਨਹੀਂ ਕਿੱਥੇ ਵੇ ਮੇਰੇ ਪਾਤਸ਼ਾਹ ਕਹਿ ਰਹੇ ਨੇ ਸਿਰਜਨਹਾਰ ਨੂੰ ਸਿਮਰੇਂ ਸਿਰਜਣਾ ਨੂੰ ਨਾ ਸਿਮਰੇ ਸਾਰੇ ਦਿਨ ਦੀ ਜ਼ਿੰਦਗੀ ਦੇ ਜੇਕਰ ਕਿਦਰੇ ਸਿਰਜਣਾ ਤੇ ਤੇਰੀ ਬਿਰਤੀ اٹਕ ਗਈ ਏ ਆਕਾਰ ਤੇ اٹਕ ਗਈ ਏ ਮੇਰੇ ਪਾਤਸ਼ਾਹ ਸ਼ਾਮ ਨੂੰ ਹਥੋੜਾ ਮਾਰ ਕੇ ਸਿੱਧੀ ਕਰ ਰਹੇ ਨੇ ਮੇਰੀ ਤੁਹਾਡੀ ਜੇ ਤੇਰੀ ਬਿਰਤੀ ਕਰੇ ਸਾਰਾ ਦਿਨ ਵਿਚਰਦਿਆਂ ਕਿਸੇ ਕਿਰਤ ਤੇ ਖਲੋ ਗਈ ਏ ਕਿਸੇ ਰੂਪ ਤੇ ਖਲੋ ਗਈ ਏ ਕਿਸੇ ਆਕਾਰ ਤੇ ਖਲੋ ਗਈ ਏ ਮੇਰੇ ਸਤਿਗੁਰੂ ਕਿਸ ਤਰ੍ਹਾਂ ਉਹਨੂੰ ਅੱਗੇ ਟੋਰ ਰਹੇ ਨੇ ਕਿੰਨੀ ਬਖਸ਼ਿਸ਼ ਹੈ ਮੇਰੇ ਗੁਰਦੇਬੀ ਇਸ ਤਰ੍ਹਾਂ ਸਮਝਾ ਰਹੇ ਨੇ ਸਤਿਗੁਰੂ ਆਖਿਆ ਓਏ ਗੁਰਸਿੱਖਾ ਓਏ ਜਗਿਆਸੂ ਸਿਰਜਨ ਹਾਰ ਤੇ ਵੇਖੀ ਸਿਰਜਣਾ ਨੂੰ ਨਾ ਵੇਖੀ ਕਰਤੇ ਵੱਲ ਵੇਖੀ ਕਿਰਤ ਕਰਾਸ ਕਰ ਜਾਈਂ ਰੂਪ ਕਰਾਸ ਕਰ ਜਾਈਂ ਸਰੂਪ ਵੱਲ ਵੇਖੀ ਪ੍ਰਭਤਾ ਕ੍ਰਾਸ ਕਰ ਜਾਈਂ ਪ੍ਰਭੂ ਵੱਲ ਵੇਖੀ ਸਤਾ ਕ੍ਰਾਸ ਕਰ ਜਾਈਂ ਸਤ ਵੱਲ ਵੇਖੀ ਕਿੰਨੀਆਂ ਬਖਸ਼ਾਂ ਨਾਲ ਗੁਰਦੇਵ ਮੇਰੀ ਤੁਹਾਡੀ ਝੋਲੀ ਵਿੱਚ ਪਾ ਰਹੇ ਤਿਤ ਘਰ ਗਾਵੋ ਸੋਹਿਲਾ ਉਸ ਸਤਸੰਗਤ ਰੂਪੀ ਘਰ ਵਿੱਚ ਜਾ ਕੇ ਖੁਸ਼ੀ ਦੇ ਗੀਤ ਗਾਇਆ ਕਰ ਓਦੀ ਸਿਫਤੋ ਸਲਾਹ ਕਰਿਆ ਕਰ ਸਿਵਰੋ ਸਿਰਜਨਹਾਰੋ ਫਿਰ ਮੇਰੇ ਪਾਤਸ਼ਾਹ ਕਹਦੇ ਨੇ ਉਹ ਸਿਰਜਨਹਾਰ ਕੌਣ ਹੈ ਤੂੰ ਗਾਵ ਮੇਰੇ ਨਿਰਭਉ ਕਾ ਸੋਹਿਲਾ ਗੁਰੂ ਦੇਵ ਕਹਿੰਦੇ ਉਹਨੂੰ ਕਿਸੇ ਦਾ ਡਰ ਨਹੀਂ ਤੂੰ ਉਹਨੂੰ ਯਾਦ ਕਰ ਉਹਨੂੰ ਯਾਦ ਕਰ ਜਿਸ ਨੂੰ ਕਿਸੇ ਦਾ ਡਰ ਨਹੀਂ ਭੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜਿਓ ਸੋਏ ਆਖਿਆ ਬਾਕੀ ਜੋ ਕੁਝ ਤੈਨੂੰ ਸੰਸਾਰ ਤੇ ਬਣਿਆ ਦਿਸਿਆ ਸਭ ਉਹਦੇ ਪੈਰ ਵਿੱਚ ਖੜਾ ਹੈ 29200 ਫੁੱਟ ਉੱਚਾ ਹਿਮਾਲਿਆ ਪਰਬਤ ਮਾਫ ਕਰਨਾ ਕਿਸੇ ਨੇ ਥੱਲੇ ਸਪੋਰਟ ਦਿੱਤੀ ਹੈ ਕੇਵਲ ਪਰਮਾਤਮਾ ਦੇ ਪੈਰ ਵਿੱਚ ਖੜਾ ਹੈ ਕੀ ਕਿਸੇ ਨੇ ਥੱਲੇ ਥਮਲਾਈ ਹੈ ਕਿ ਕੋਈ ਲਾ ਸਕਦਾ ਪੈ ਵਿੱਚ ਸਭ ਆਕਾਰ ਹੈ ਗੁਰਦੇਵ ਨੇ ਇੱਕੋ ਵਚਨ ਵਿੱਚ ਕਹਿ ਦਿੱਤਾ ਹੈ। ਨਿਰਪਉ ਹਰ ਜਿਓ ਸੋਏ। ਅਗਲੀ ਪੰਕਤੀ ਸਤਿਗੁਰ ਕਹਿੰਦੇ ਜੇਕਰ ਤੂੰ ਉਹਦਾ ਪੈ ਮੰਨ ਲੈ ਫਿਰ ਸਤਿਗੁਰ ਸੇਵਿਆ ਹਰ ਮਨ ਵਸੈ ਤਿੱਥੈ ਭਉ ਕਦੇ ਨਾ ਹੋਏ। ਗੁਰਦੇਵ ਕਹਿੰਦੇ ਨੇ ਕਈ ਮਾਈਆਂ ਕਹਿੰਦੀਆਂ ਰਾਤ ਨੂੰ ਸਾਡਾ ਬੱਚਾ ਡਰਦਾ ਬਈ ਸਾਰਾ ਦਿਨ ਤੇ ਕਾਰਟੂਨ ਫਿਰੋ ਵੇਖਦਾ ਤੇ ਡਰੇਗਾ ਨਹੀਂ ਤੇ ਹੋਰ ਕੀ ਹੋਏਗਾ। ਹੈ? ਕਿ ਕਹਿੰਦੇ ਜੀ ਸਾਡਾ ਬੱਚਾ ਡਰਦਾ ਸਾਡੀ ਕੁੜੀ ਡਰਦੀ ਹੈ ਸਾਰਾ ਦਿਨ ਤੇ ਫਿਲਮਾਂ ਵੇਖਨੀ ਟੀਵੀ ਤੇ ਸੀਰੀਅਲ ਵੇਖਣਾ ਰੋ ਰਾਤ ਨੂੰ ਕੀ ਵਗਰੂ ਜਾਪੇਗਾ ਹਸਣਾ ਤੋਂ ਡਰੇ ਗਈ ਹੋਰ ਕੀ ਹੋਏਗਾ ਮੇਰੇ ਪਾਤਸ਼ਾਹ ਕਹਿ ਰਹੇ ਨੇ ਤੂੰ ਗਾਵੋ ਮੇਰੇ ਨਿਰਭਉ ਕਸੋਇਲਾ ਅੱਖਿਆ ਇਸ ਬਾਣੀ ਨੂੰ ਪੜੀ ਤੇਰੇ ਦਰਦ ਦੂਰੜ ਜਾਣਗੇ